वेलकम बैक एवरीवन, आई एम योगेश फ्रॉम यस अकैडमी बठिंडा। लास्ट कुछ लेक्चर्स के विच आपां सॉयल स्टार्ट कीती सी, सॉयल दीआं बेसिक प्रॉपर्टीज बारे पढ़िया सी। पिछले लैक्चर च आपां सॉयल परमीएबिलिटी दीआं बेसिक डेफिनेशन एंड बेसिक टेस्ट पढ़े सी। अज आपां सॉयल जिहड़ी अपनी ग्राउंड लैवल तो नीचे प्रेजेंट हुंदी आ, उह एज अ स्टोरेज एक्ट करदी आ। आपां नूं पता है वी ग्राउंड वाटर स्टोर्ड रहिंदा है सॉयल दे विच, तां आपां जो स्टोरेज दी गल करनी है फिर इसे बेसिस दे विच आपां इसे बेसिस दे उपर कुछ फील्ड टेस्ट पढ़ांगे, जिन्हां दे बेसिस ते आपां फील्ड दे विच परमीबिलिटी नूं प्रेडिक्ट करांगे। तां हुण सॉयल स्टोरेज किवें एक्ट करूगी? कोई भी सॉयल हुंदी है उहदीआं दो प्रॉपर्टीज मेनली इफेक्ट करदीआं ने वाटर बाहर कढ़न दी प्रॉपर्टी नूं जां परमीबिलिटी कोएफिशिएंट नूं। किहड़ियां किहड़ियां? इक तां सॉयल दी जिहड़ी वाटर फ्लोइंग कपैसिटी होगी, जिहनूं आपां सिंपली परमीएबिलिटी बोल दें। ते दूसरी उदी पोरोसिटी, पोरोसिटी या पोरस सॉयल बोल दें जिन्हों आपां। हुण देखो जे किसी सॉयल की परमीएबिलिटी भी होगी तो उदी पोरोसिटी भी होगी, यानी कि मैं उस सॉयल दे विचों पानी नूं बाहर भी कढ़ सकदा है ते उस सॉयल दे विच कुछ ना कुछ वॉयड्स भी प्रेजेंट है। ਤਾਂ ਉਸ ਟਾਈਪ ਆਫ ਸੋਇਲ ਨੂੰ ਆਪਾਂ ਐਕੁਇਫਰ ਬੋਲਦੇ ਆ। ਐਕੁਇਫਰ ਜਿਹੜੀ ਸੋਇਲ ਦੀ ਕੁਝ ਪਰਮੀਏਬਿਲਟੀ ਵੀ ਹੋਊਗੀ ਤੇ ਕੁਝ ਨਾ ਕੁਝ ਪੋਰੋਸਿਟੀ ਵੀ ਹੋਊਗੀ। ਇਹਦੀ ਜੇ ਆਪਾਂ ਇਧਰਲੇ ਪਾਸੇ ਐਗਜ਼ਾਮਪਲਸ ਲਿਖ ਲਈਏ ਤਾਂ ਐਗਜ਼ਾਮਪਲਸ ਤੁਸੀਂ ਵੀ ਖੁਦ ਈਜ਼ੀਲੀ ਪ੍ਰੈਡਿਕਟ ਕਰ ਸਕਦੇ ਹੋ, ਜਿਵੇਂ ਸੈਂਡ। ਹੁਣ ਜਿਹੜੀ ਸੈਂਡੀ ਸੋਇਲ ਹੁੰਦੀ ਹੈ ਉਹ ਪਰਮੀਏਬਲ ਵੀ ਹੁੰਦੀ ਹੈ ਤੇ ਉਹਦੀ ਪੋਰੋਸਿਟੀ ਵੀ ਹੁੰਦੀ ਹੈ, ਉਹਦੇ ਵਿੱਚੋਂ ਵਾਟਰ ਵੀ ਫਲੋ ਕਰ ਜਾਂਦਾ ਤੇ ਉਹਦੇ ਵਿੱਚ ਖਾਲੀ ਵੋਇਡਸ ਵੀ ਪ੍ਰੈਜੈਂਟ ਹੁੰਦੀਆਂ ਨੇ। ਐਕੁਇਫਰ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਕੁਇਕਲੂਡ ਦੀ। ਐਕੁਇਕਲੂਡ ਕਿਹੜਾ ਹੁੰਦਾ ਹੈ? ਜਿਹਦੀ ਪੋਰੋਸਿਟੀ ਤਾਂ ਹੁੰਦੀ ਹੈ ਪਰ ਉਹਦੀ ਪਰਮੀਏਬਿਲਟੀ ਨਹੀਂ ਹੁੰਦੀ ਜਾਂ ਪਰਮੀਏਬਿਲਟੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਵੀ ਸੋਇਲ ਦੇ ਵਿੱਚ ਵੋਇਡਸ ਤਾਂ ਪ੍ਰੈਜੈਂਟ ਹੁੰਦੀਆਂ ਨੇ ਪਰ ਸੋਇਲ ਆਪਦੇ ਵਿੱਚੋਂ ਵਾਟਰ ਨੂੰ ਫਲੋ ਨਹੀਂ ਕਰਨ ਦਿੰਦੀ। ਇਹਨੂੰ ਯਾਦ ਰੱਖਣ ਦਾ ਤਰੀਕਾ ਹੈਗਾ, ਕਲੂ ਤੋਂ ਆਪਾਂ ਨੂੰ ਕਲੇ ਦਾ ਕਲੂ ਮਿਲ ਰਿਹਾ, ਯਾਨੀ ਕਿ ਕਲੀਅਰ। ਹੁਣ ਇਸ ਤੋਂ ਬਾਅਦ ਚ ਆਪਾਂ ਅਗਲਾ ਜਿਹੜਾ ਪੜ੍ਹਨਾ ਹੁੰਦਾ ਐਕੁਇਟਾਰ। ਐਕੁਇਟਾਰ ਕਿਹੜਾ ਹੁੰਦਾ? ਜਿਹਦੀ ਪਰਮੀਏਬਿਲਿਟੀ ਵੀ ਲੋ ਹੁੰਦੀ ਹੈ ਤੇ ਜਿਹਦੀ ਪੋਰੋਸਿਟੀ ਵੀ ਲੋ ਹੁੰਦੀ ਹੈ, ਰਾਈਟ। ਇਹਨੂੰ ਆਪਾਂ ਯਾਦ ਕਿਵੇਂ ਰੱਖ ਸਕਦੇ ਹਾਂ? ਟਾਰ ਟਾਰਟ ਨੂੰ ਆਪਾਂ ਲਿੰਕ ਕਰ ਸਕਦੇ ਹਾਂ ਰਿਟਾਰਡ ਦੇ ਨਾਲ, ਜਿਵੇਂ ਕੋਈ ਮੈਂਟਲੀ ਰਿਟਾਰਡਡ ਪਰਸਨ ਹੁੰਦਾ ਰਿਟਾਰਡ, ਤਾਂ ਐਕੁਇਟਾਰ ਕਿਹੜਾ ਹੋਊਗਾ? ਜਿਹਦੀ ਪਰਮੀਏਬਿਲਿਟੀ ਵੀ ਘੱਟ ਹੋਊਗੀ ਤੇ ਜਿਹਦੀ ਪੋਰੋਸਿਟੀ ਵੀ ਕੀ ਹੋਊਗੀ? ਘੱਟ ਹੋਊਗੀ। ਤਾਂ ਇਹਦੀ ਐਗਜ਼ਾਮਪਲ ਕੀ ਲੈ ਸਕਦੇ ਹਾਂ ਆਪਾਂ? ਸਿਲਟ। ਸਿਲਟ ਸਿਲਟ ਕੀ ਹੁੰਦੀ ਹੈ? ਇੱਕ ਮਿਕਸਚਰ ਹੁੰਦੀ ਹੈ ਕਿਹਦਾ? ਕਿਹਦਾ? ਸੈਂਡ ਦਾ ਤੇ ਕਲੇ ਦਾ। ਜੇ ਆਪਾਂ ਸੈਂਡ ਦੀਆਂ ਪ੍ਰੋਪਰਟੀਜ਼ ਨੂੰ ਤੇ ਕਲੇ ਦੀਆਂ ਪ੍ਰੋਪਰਟੀਜ਼ ਨੂੰ ਮਿਕਸ ਕਰ ਦਈਏ ਤਾਂ ਇੱਕ ਤਰੀਕੇ ਨਾਲ ਸਿਲਟ ਦੀ ਪ੍ਰੋਪਰਟੀਜ਼ ਬਣ ਜਾਂਦੀਆਂ ਨੇ। ਤਾਂ ਐਕੁਇਟਾਰ ਕਿਹੜਾ ਹੋਊਗਾ? ਜਿਹਦੀ ਪਰਮੀਏਬਿਲਿਟੀ ਵੀ ਘੱਟ ਹੈ ਤੇ ਜਿਹਦੀ ਪੋਰੋਸਿਟੀ ਵੀ ਕੀ ਹੋਊਗੀ? ਘੱਟ ਹੋਊਗੀ। ਇਸ ਤੋਂ ਨੈਕਸਟ ਆਪਾਂ ਪੜ੍ਹਦੇ ਹਾਂ ਐਕੁਈ ਫਿਊਸ। ਇਹ ਕਿਹੜਾ ਹੁੰਦਾ? ਜਿਹਦੀ ਪਰਮੀਏਬਿਲਿਟੀ ਵੀ ਨਹੀਂ ਹੁੰਦੀ, ਜਿਹਦੀ ਪੋਰੋਸਿਟੀ ਵੀ ਨਹੀਂ ਹੁੰਦੀ। ਫੋਰ ਐਗਜ਼ਾਮਪਲ ਰੌਕ। ਕਿਵੇਂ ਲਿੰਕ ਕਰ ਸਕਦੇ ਹਾਂ ਫਿਊਸ? ਫਿਊਸ ਆਪਾਂ ਇਲੈਕਟ੍ਰਿਸਿਟੀ 'ਚ ਫਿਊਸ ਕਾਹਦੇ ਲਈ ਯੂਜ਼ ਕਰਦੇ ਹਾਂ? ਸਪਲਾਈ ਨੂੰ ਕੱਟ ਕਰਨ ਦੇ ਲਈ। ਤਾਂ ਯਾਨੀ ਕਿ ਐਕੁਈ ਫਿਊਸ ਕਿਹੜਾ ਹੋਊਗਾ? ਜਿਹਦੀ ਪਰਮੀਏਬਿਲਿਟੀ ਵੀ ਨਹੀਂ ਹੋਊਗੀ ਤੇ ਜਿਹਦੀ ਪੋਰੋਸਿਟੀ ਵੀ ਨਹੀਂ ਹੋਊਗੀ। ਇਹਨਾਂ ਦੇ ਵਿੱਚੋਂ ਆਪਣੇ ਲਈ ਉਹ ਸੋਇਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਊਗੀ ਜਿਹਦੀ ਪਰਮੀਏਬਿਲਿਟੀ ਅੱਛੀ ਹੋਊਗੀ, ਯਾਨੀ ਕਿ ਆਪਾਂ ਐਕੁਈ ਫਰ ਨੂੰ ਐਜ਼ ਅ ਸੋਇਲ ਸਟੋਰੇਜ ਯੂਜ਼ ਕਰਾਂਗੇ। ਸੋਇਲ ਸਟੋਰੇਜ ਤੋਂ ਮੇਰਾ ਕੀ ਮਤਲਬ ਹੈ? ਸੋਇਲ ਸਟੋਰੇਜ ਤੋਂ ਮਤਲਬ ਕਿ ਐਕੁਈ ਫਰ ਦੇ ਵਿੱਚੋਂ ਆਪਾਂ ਵਾਟਰ ਵਿਦਡਰਾਅ ਕਰਾਂਗੇ ਫੋਰ ਵੇਰੀਅਸ ਪਰਪਸ, ਕਲੀਅਰ। ਤਾਂ ਸੈਂਡ ਨੂੰ ਐਜ਼ ਅ ਸੋਇਲ ਸਟੋਰੇਜ ਯੂਜ਼ ਕਰਾਂਗੇ, ਜਿੱਥੇ ਵੀ ਆਪਾਂ ਨੂੰ ਐਕੁਈਫਰ ਮਿਲੂਗਾ ਉੱਥੋਂ ਆਪਾਂ ਵਾਟਰ ਵਿਦਡਰਾਅ ਕਰਾਂਗੇ ਗਰਾਊਂਡ ਲੈਵਲ ਦੇ ਉੱਪਰ, ਜਾਂ ਗਰਾਊਂਡ ਦੇ ਗਰਾਊਂਡ ਵਾਟਰ ਨੂੰ ਵਿਦਡਰਾਅ ਕਰਕੇ ਗਰਾਊਂਡ ਲੈਵਲ ਉੱਪਰ ਲੈ ਕੇ ਆਵਾਂਗੇ, ਕਲੀਅਰ। ਆਪਾਂ ਕਿਹਾ ਵੀ ਆਪਾਂ ਐਕੁਈਫਰ ਨੂੰ ਯੂਜ਼ ਕਰਦੇ ਹਾਂ, ਲਾਈਕ ਐਕੁਈਫਰ ਨੂੰ ਆਪਾਂ ਜੇ ਯੂਜ਼ ਕਰਾਂਗੇ ਤਾਂ ਉਹ ਤੋਂ ਪਹਿਲਾਂ ਇਹ ਦੇਖੀਏ ਵੀ ਐਕੁਈਫਰ ਦੀਆਂ ਵੀ ਕੁਝ ਟਾਈਪਸ ਹੁੰਦੀਆਂ ਨੇ। ਇੱਕ ਤਾਂ ਕਨਫਾਈਨਡ ਐਕੁਈਫਰ, ਇੱਕ ਹੁੰਦਾ ਅਨਕਨਫਾਈਨਡ ਐਕੁਈਫਰ।
कन्फाइंड एक्यूफर ते अनकन्फाइंड एक्यूफर, इन्हें नूं आपां किवें क्लासीफाई करते हैं। कन्फाइंड एक्यूफर केड़ा हुंदा है? कन्फाइंड एक्यूफर सॉयल दा ओ मास हुंदा है, जां सैंड दा ओ मास हुंदा है, जिहड़ा कि ट्रैप्ड हुंदा दो इमपरमीएबल लेयर्स दे विच। सॉयल दा ओ मास है जिहड़ा कि ट्रैप्ड है दो इमपरमीएबल लेयर्स दे विच, जां आपां इह वी कह सकदे हां वी इह ओ सॉयल मास है जिहड़ा कि सैंड विच होया हुआ हुंदा है दो कन्फाइंड लेयर्स दे विच, जिहदे उपर वी जिहड़ी लेयर हुंदी आ ओह इमपरमीएबल हुंदी, यानी कि वाटर दा फ्लो अलाउ नहीं करदी। जिहड़ी नीचे वाली लेयर हुंदी ओह वी इमपरमीएबल हुंदी, उहदे विचों वी वाटर फ्लो नहीं कर सकदा। तां यानी कि इस मास दे विच की होगा, जिहड़ा वी मेरे कोल वाटर प्रेजेंट होगा ओह वाटर ट्रैप हो जूगा। वाटर एक तरीके नाल की हो गया, ट्रैप हो गया दो इमपरमीएबल लेयर्स दे विच। ਤਾਂ ਇਸ ਵਾਟਰ ਨੂੰ ਆਪਾਂ ਹੁਣ ਰਿਮੂਵ ਨਹੀਂ ਕਰ ਸਕਦੇ, ਤਾਂ ਕਰਕੇ ਜਿਹੜਾ ਇਸ ਐਕੂਫਰ ਨੂੰ ਆਪਾਂ ਬੋਲਦੇ ਹਾਂ ਕਨਫਾਈਨਡ ਐਕੂਫਰ। ਕਨਫਾਈਨ ਮਤਲਬ ਹੁੰਦਾ ਫਸਿਆ ਹੋਣਾ ਕਿਤੇ। ਅਨਕਨਫਾਈਨਡ ਐਕੂਫਰ ਕਿਹੜਾ ਹੋਊਗਾ? ਜਿਹਦੇ ਇੱਕ ਪਾਸੇ ਤਾਂ ਚਾਹੇ ਕੋਈ ਇੰਪਰਮੀਏਬਲ ਲੇਅਰ ਪ੍ਰੈਜੈਂਟ ਹੋਵੇ, ਪਰ ਇੱਕ ਪਾਸਾ ਕੀ ਹੋਊਗਾ? ਫਰੀ ਹੋਊਗਾ। ਇੱਕ ਪਾਸੇ ਤਾਂ ਕੋਈ ਇੰਪਰਮੀਏਬਲ ਲੇਅਰ ਪ੍ਰੈਜੈਂਟ ਹੋਊਗੀ, ਇੱਕ ਪਾਸਾ ਕੀ ਹੋਊਗਾ? ਫਰੀ ਹੋਊਗਾ। ਜਿਵੇਂ ਫੋਰ ਐਗਜ਼ਾਮਪਲ, ਆਹ ਮੇਰਾ ਕੋਈ ਗਰਾਊਂਡ ਲੈਵਲ ਆ ਗਿਆ, ਇੱਥੇ ਕੋਈ ਇੰਪਰਮੀਏਬਲ ਲੇਅਰ ਆ ਗਈ, ਤਾਂ ਆ ਜਿਹੜਾ ਸੋਇਲ ਮਾਸ ਹੈ ਸਾਰਾ, ਇਹ ਕੀ ਹੋਊਗਾ? ਅਨਕਨਫਾਈਨਡ ਐਕੂਫਰ। ਜੇ ਆਪਾਂ ਇਹ ਕਹਿ ਦਈਏ ਵੀ ਗਰਾਊਂਡ ਲੈਵਲ ਤੋਂ ਨੀਚੇ ਵਾਲੀ ਸੋਇਲ ਜਦੋਂ ਤੱਕ ਕੋਈ ਵੀ ਇਮਪਰਮੀਏਬਲ ਲੇਅਰ ਨਹੀਂ ਆ ਜਾਂਦੀ, ਉਦੋਂ ਤੱਕ ਹੀ ਸਿਰਫ ਆਪਾਂ ਨੂੰ ਅਨਕਨਫਾਈਨਡ ਐਕੂਫਰ ਮਿਲੂਗਾ, ਤਾਂ ਆਪਾਂ ਇੱਥੇ ਗਲਤ ਨਹੀਂ ਹੈਗੇ। ਕਿਉਂਕਿ ਸੋਇਲ ਲੇਅਰਸ ਦੀ ਫੋਰਮ 'ਚ ਹੁੰਦੀ ਹੈ, ਆਪਾਂ ਨੂੰ ਇੱਕ ਸੈਂਡ ਦੀ ਲੇਅਰ ਮਿਲ ਗਈ ਨਾਲ ਦੀ ਨਾਲ ਅੱਗੇ, ਕੋਈ ਨਾ ਕੋਈ ਕਲੇ ਦੀ ਲੇਅਰ ਮਿਲੂਗੀ ਨਾਲ ਦੀ ਨਾਲ ਅੱਗੇ, ਸਿਲਕ ਦੀ ਲੇਅਰ ਵੀ ਮਿਲੂਗੀ। ਤਾਂ ਯਾਨੀ ਕਿ ਜਿਵੇਂ ਜਿਵੇਂ ਆਪਾਂ ਨੀਚੇ ਮੂਵ ਕਰਦੇ ਚਲੇ ਜਾਵਾਂਗੇ, ਉਵੇਂ ਉਵੇਂ ਹੀ ਆਪਾਂ ਨੂੰ ਕਲੇ ਦੀਆਂ ਲੇਅਰਸ ਮਿਲਣਗੀਆਂ, ਯਾਨੀ ਕਿ ਉਵੇਂ ਉਵੇਂ ਆਪਣੀ ਸੋਇਲ ਟਰੈਪ ਹੁੰਦੀ ਚਲੀ ਜਾਊਗੀ ਇਮਪਰਮੀਏਬਲ ਲੇਅਰਸ ਦੇ ਵਿੱਚ। ਕਲੀਅਰ? ਤਾਂ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਕਿਹੜਾ ਹੋਊਗਾ? ਆਪਾਂ ਕਨਫਾਈਨਡ ਐਕੂਫਰ ਨੂੰ ਪ੍ਰੈਜੈਂਟ ਕਰਾਂਗੇ, ਕਨਫਾਈਨਡ ਐਕੂਫਰ ਨੂੰ ਯੂਜ਼ ਕਰਾਂਗੇ। ਕਿਉਂ ਕਰਾਂਗੇ? ਕਿਉਂਕਿ ਇਸ ਕੇਸ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਦੇ ਵਿੱਚ ਜਿਹੜੀ ਮੇਰੀ ਸੋਇਲ ਆ ਉਹ ਟਰੈਪ ਹੋ ਗਈ, ਸੋਇਲ ਫਸੀ ਹੋਈ ਹੈ ਦੋ ਲੇਅਰਸ ਦੇ ਵਿੱਚ। ਤਾਂ ਜੇ ਇੱਥੇ ਸੋਇਲ ਦੋ ਲੇਅਰਸ 'ਚ ਫਸੀ ਹੋਈ ਹੈ, ਤਾਂ ਯਾਨੀ ਕਿ ਜਿਹੜਾ ਵੀ ਵਾਟਰ ਟਰੈਪਡ ਹੈ ਉਹ ਅੰਡਰ ਪ੍ਰੈਸ਼ਰ ਹੋਊਗਾ, ਯਾਨੀ ਕਿ ਵਾਟਰ ਦੇ ਉੱਤੇ ਕੁਛ ਐਕਸਟਰਾ ਪ੍ਰੈਸ਼ਰ ਐਗਜ਼ਰਟ ਹੋ ਰਿਹਾ ਹੋਊਗਾ। ਮਤਲਬ ਜਿਵੇਂ ਮੈਂ ਇਹਨੂੰ ਹਲਕਾ ਜਿਹਾ ਰਸਤਾ ਦਊਂਗਾ ਬਾਹਰ ਨਿਕਲਣ ਦਾ, ਨਾਲ ਦੀ ਨਾਲ ਇਹ ਵਾਟਰ ਫੁੱਲ ਪ੍ਰੈਸ਼ਰ ਦੇ ਨਾਲ ਬਾਹਰ ਆਉਣਾ ਸ਼ੁਰੂ ਹੋ ਜੂਗਾ। ਤਾਂ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਇੱਥੇ ਕੋਈ ਓਪਨਿੰਗ ਬਣਾ ਕੇ ਪਾਈਪ ਪਾਉਂਦੇ ਹਾਂ, ਜਿਹਨੂੰ ਆਪਾਂ ਟਿਊਬਵੈਲਸ ਬੋਲ ਦਿੰਦੇ ਹਾਂ। ਤਾਂ ਉਸ ਓਪਨਿੰਗ ਦੇ ਨਾਲ ਕੀ ਹੁੰਦਾ, ਇਹ ਵਾਟਰ ਇਸ ਸੋਇਲ ਦੇ ਵਿੱਚੋਂ ਪੂਰੇ ਪ੍ਰੈਸ਼ਰ ਨਾਲ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਯਾਨੀ ਕਿ ਆਪਾਂ ਨੂੰ ਵਰਕ ਘੱਟ ਕਰਨਾ ਪੈਂਦਾ ਆਪਣੇ ਵਾਟਰ ਨੂੰ ਬਾਹਰ ਕੱਢਣ ਦੇ ਲਈ। ਕਲੀਅਰ ਹੋਇਆ? ਵਾਟਰ ਅੰਡਰ ਪ੍ਰੈਸ਼ਰ ਹੋਊਗਾ, ਜਿਵੇਂ ਆਪਾਂ ਕੋਈ ਪਾਈਪ ਲੇ ਕਰਾਂਗੇ, ਨਾਲ ਦੀ ਨਾਲ ਵਾਟਰ ਉਹਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਹੋਊਗਾ। ਕਲੀਅਰ? ਤਾਂ ਹੁਣ ਆਪਾਂ ਇਹ ਦੇਖਦੇ ਹਾਂ ਵੀ ਆਪਾਂ ਫੀਲਡ ਦੇ ਵਿੱਚ ਪਰਮੀਏਬਿਲਟੀ ਨੂੰ ਕਿਵੇਂ ਪ੍ਰੈਡਿਕਟ ਕਰਦੇ ਹਾਂ, ਯੂਜ਼ਿੰਗ ਕਨਫਾਈਨਡ ਐਕੂਫਰ ਔਰ ਅਨਕਨਫਾਈਨਡ ਐਕੂਫਰ। ਦੇਖੋ, ਫੀਲਡ ਟੈਸਟ ਆਪਾਂ ਕਿਵੇਂ ਕੰਡਕਟ ਕਰਵਾਵਾਂਗੇ? ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅਨਕਨਫਾਈਨਡ ਐਕੂਫਰ ਨੂੰ। ਜਿਹੜਾ ਅਨਕਨਫਾਈਨਡ ਐਕੂਫਰ ਹੁੰਦਾ, ਅਨਕਨਫਾਈਨਡ ਐਕੂਫਰ ਦੀਆਂ ਪ੍ਰੋਪਰਟੀਜ਼ ਆਪਾਂ ਪੜ੍ਹ ਚੁੱਕੇ ਹਾਂ ਵੀ, ਯਾਨੀ ਕਿ ਇਹਦੇ ਵਿੱਚ ਸਿਰਫ ਇੱਕੋ ਪਾਸੇ ਇੰਪਰਮੀਏਬਲ ਲੇਅਰ ਹੁੰਦੀ ਹੈ, ਦੂਸਰੇ ਪਾਸੇ ਇੰਪਰਮੀਏਬਲ ਲੇਅਰ ਨਹੀਂ ਹੁੰਦੀ। ਤਾਂ ਇਸ ਅਨਕਨਫਾਈਨਡ ਐਕੂਫਰ ਦਾ ਟੈਸਟ ਕਿਵੇਂ ਕੰਡਕਟ ਕਰਵਾਉਂਦੇ ਨੇ? ਸਭ ਤੋਂ ਪਹਿਲਾਂ ਇੱਕ ਟੈਸਟ ਵੈਲ ਐਕਸਕੈਵੇਟ ਕਰਦੇ ਨੇ, ਟੈਸਟ ਵੈਲ ਤੋਂ ਮਤਲਬ ਕੀ ਹੈ, ਇਹਦੇ ਵਿੱਚੋਂ ਵਾਟਰ ਬਾਹਰ ਕੱਢਣਾ ਸ਼ੁਰੂ ਕਰਦੇ ਨੇ। ਕੋਈ ਵੀ ਜੇ ਆਪਾਂ ਫੀਲਡ ਟੈਸਟ ਕਰਵਾ ਰਹੇ ਹਾਂ ਤਾਂ ਫੀਲਡ ਟੈਸਟ ਦੋ ਤਰੀਕਿਆਂ ਨਾਲ ਹੋ ਸਕਦਾ ਹੈ, ਜਾਂ ਤਾਂ ਪੰਪਿੰਗ ਇਨ ਟੈਸਟ ਹੋ ਸਕਦਾ ਹੈ, ਜਾਂ ਫਿਰ ਪੰਪਿੰਗ ਆਊਟ ਟੈਸਟ ਹੋ ਸਕਦਾ ਹੈ। ਪੰਪਿੰਗ ਇਨ ਦਾ ਮਤਲਬ ਕੀ ਹੋਊਗਾ? ਆਪਾਂ ਕੋਈ ਵੀ ਡਾਈ ਵਾਲਾ ਜਾਂ ਕੋਈ ਟ੍ਰੇਸਰ ਵਾਲਾ ਵਾਟਰ ਇਹਦੇ ਵਿੱਚ ਪਾਵਾਂਗੇ, ਤਾਂ ਉਹ ਵਾਟਰ ਫਲੋ ਕਰਕੇ ਦੂਸਰੀ ਜਗ੍ਹਾ 'ਤੇ ਪਹੁੰਚੂਗਾ, ਉਸੇ ਬੇਸ ਦੇ ਉੱਪਰ ਆਪਾਂ ਉਹਦੀ ਪਰਮੀਬਿਲਟੀ ਨੂੰ ਪ੍ਰੈਡਿਕਟ ਕਰਾਂਗੇ।
पंपिंग आउट टेस्ट दे विच की करांगे, आपां इहदे विचों वाटर बाहर कढांगे, जिवें जिवें वाटर बाहर कढांगे इहदा वाटर लैवल नीचे जाना शुरू होगा, उहदे बेसिस दे उपर आपां परमीबिलिटी नूं प्रेडिक्ट करांगे। देखो किवें, हुण आपां पंपिंग आउट टेस्ट की गल करदे आ, पंपिंग इन टेस्ट सिर्फ आपां न्यूमेरिकल्स थ्रू पढ़ लांगे। तां पंपिंग आउट टेस्ट किवें हुंदा, जिवें जिवें इहदे विचों वाटर बाहर कढना शुरू करांगे तां नाल दी नाल की होगा, इहदा वाटर लैवल नीचे डिगना शुरू होगा। तो उस वाटर लैवल को मैजर करने के लिए दो आप ऑब्जरवेशन वैल्स बनाने हैं, ऑब्जरवेशन वैल्स। हुण जिहड़े ही ऑब्जरवेशन वैल्स होंगे है, इन्हों का सिर्फ इको परपज होंगे, ये आप वाटर लैवल चैक करना होंगे। सिंपली ये कोई वाटर विदड्रू नहीं करते, वाटर सिर्फ टैसट वैल के बाहर कढ़ा, इन दोनों ऑब्जरवेशन वैल्स के वाटर लैवल चैक करा। जे आप ये देखिए भी इनिशियली वाटर लैवल इन्ना स कुछ इस पॉइंट के उपर, तो हम जिम्मे जिम्मे वाटर विदड्रॉ करोगे वाटर लैवल फॉल होगा, लैट के वाटर लैवल फॉल करके इस लैवल तक आ गया। क्लीयर, तो हूँ की होगा, इतने मेरा ग्राउंड वाटर लैवल से, हूँ मेरा वाटर लैवल फॉल होकर इस तरीके आ गया, इस पॉइंट पर आ गया। तो हूँ जो इतने वाटर लैवल फॉल होगा तो बाकी सारे का भी वाटर लैवल फॉल होगा, यानी कि कुछ इस तरीके वाटर लैवल फॉल होता चला जाऊगा। सिमिलरली इस साइड के उपर भी वाटर लैवल सेम स्लोप नाल सेम तरीके फॉल होगा। जिहड़ी यह कर्व बनती है इहनूं आपां बोलते हैं ड्रा डाउन कर्व। जदों वाटर के नीचे जाण नाल जिहड़ी कर्व फॉर्म होंदी है उहनूं बोलते हैं आपां ड्रा डाउन कर्व। अकॉर्डिंग टू थीम्स, सब तो पहला यह थ्यूरी आपको थीम्स ने दी सी। थीम्स की कहता सी भी जिहड़ी यह करव फॉर्म होंदी है यह सर्कुलर शेप्ड होंदी है, यानी कि इस करव की इक्वेशन की होगी सर्कुलर होगी। जे सर्कुलर होगी तो मतलब वह कोई ना कोई रेडियस भी जरूर होगा। इतने आप टर्म्स में डिनोट कर लें, इस दे सेंटर तो इस ऑब्जरवेशन सैल के सेंटर तक आर वन, ये सेंटर तक आर टू डिस्टेंस ले लें। क्लीयर, आ जरा उपरला डिस्टेंस है इस दे सेंटर दे विच, आर डिस्टेंस नूं आपां नाम दे दिंदे आ एस वन, ते आर डिस्टेंस नूं आपां नाम दे दिंदे आ एस टू। क्लीयर, ऑब्जरवेशन वैल दे इत्थे तक होगा एस टू, ऑब्जरवेशन वन वन दे सेंटर दे जिहड़ा वाटर लैवल होया डाउन होके उहनूं आ गया एस वन टॉप तो, इधरों नाम देता एस टू। क्लीयर, सिमिलरली नीचे कोई ना कोई एक लेयर होगी, ये कि लेयर है परमीएबल लेयर होगी। आपां अनकनफाइंड एक्यूफर की गल कर रहे हैं तो आपां ही कह सकते हैं कि इस तो उपर कोई भी इदां दी इमपरमीएबल लेयर नहीं होगी, सब तो पहली इमपरमीएबल लेयर आपां नूं इस लैवल ते जाके मिली होगी। क्लीयर, इस इंपरमीएबल लेयर के बेसिस के उपर आप एक रिलेशन यूज करते हैं का के कढ़ने के लिए, इस टेस्ट के विचों रीडिंग्स मिलते हैं उसके बेस के उपर आप के कढ़ते हैं। टू पॉइंट थ्री जीरो थ्री क्यू लॉग आर टू ओवर आर वन डिवाइडेड बाय पाई एच टू स्क्वेयर माइनस एच वन स्क्वेयर। हुण इहदे विच सोच रहे होंगे भी एच टू तो एच वन की होंगे गा, एच टू तो एच वन आप अगले डिस्टेंस लैने, जिथे तक का डिस्टेंस एस वन है तो नीचे वाला डिस्टेंस की रह जूगा एच वन, जे अगला डिस्टेंस एच टू है तो नीचे वाला डिस्टेंस की रह जूगा एच टू। क्लीयर, यानी कि उपरों वाटर लैवल नीचे कितना चला गया एस वन, नीचों इंपरमीएबल लेयर तो कितना वाटर लैवल उच्चो डिस्टेंस में की लें आप एच वन या एच टू। तो हम ये कहू की है जो वाटर बाहर कढ़ोगे तो किसी डिस्चार्ज उपर बाहर कढ़ रहे होंगे तो क्यू की वैल्यू आर टू से आर वन आप पहले एक्सप्लेन कर चुके हैं रेडियल डिस्टेंस है दोनों वैल का पाई एच टू स्क्वेयर माइनस एच वन स्क्वेयर। ये सीधी सीधी सॉयल की परमीएबिलिटी ओबरटेन हो जाती है जो आप एज इन अनकनफाइंड एक्यूफर इस टेस्ट को यूज करते हैं। क्लीयर, तो हम ये जे आप इको टेस्ट वैल एक्सकैवेट करिए, यानी कि कला टेस्ट वैल एक्सकैवेट करिए, कोई भी आ दोनों अपने को प्रेजेंट ना हो,
ਤਾਂ ਉਸ ਕੇਸ 'ਚ ਆਪਾਂ ਕੀ ਕਰਦੇ ਹਾਂ ਜੇ ਆਪਣੇ ਕੋਲ ਦੋਨੇ ਓਬਜ਼ਰਵੇਸ਼ਨ ਵੈਲਸ ਪ੍ਰੈਜ਼ੈਂਟ ਨਹੀਂ ਹੋਣਗੇ ਤਾਂ ਆਪਾਂ ਇਕੱਲੇ ਟੈਸਟ ਵੈਲ ਤੋਂ ਰੀਡਿੰਗਸ ਲੈ ਲੈਂਦੇ ਹਾਂ ਤਾਂ ਉਸ ਕੇਸ ਦੇ ਵਿੱਚ ਆਪਾਂ ਦੋ ਰੀਡਿੰਗਸ ਲੈਂਦੇ ਹਾਂ ਇੱਕ ਤਾਂ ਜਸਟ ਐਟ ਦ ਵਾਲ ਆਫ ਟੈਸਟ ਵੈਲ ਜਸਟ ਐਟ ਦ ਟੈਸਟ ਵਾਲ ਤੇ ਯਾਨੀ ਕਿ ਆਹ ਡਿਸਟੈਂਸ ਕਿੰਨਾ ਹੋਊਗਾ ਇਕੱਲਾ ਆਰ ਰੇਡੀਅਸ ਆਫ ਟੈਸਟ ਵੈਲ ਆਹ ਡਿਸਟੈਂਸ ਕਿੰਨਾ ਹੋਊਗਾ ਰੇਡੀਅਸ ਆਫ ਟੈਸਟ ਵੈਲ ਦੂਸਰੀ ਆਪਾਂ ਰੀਡਿੰਗ ਕਿੱਥੇ ਲੈਂਦੇ ਹਾਂ ਜਿੱਥੇ ਇਹ ਕਰਵ ਜਸਟ ਜਾ ਕੇ ਗਰਾਊਂਡ ਵਾਟਰ ਲੈਵਲ ਦੇ ਨਾਲ ਕੀ ਕਰ ਜੂਗੀ ਮੈਚ ਕਰ ਜੂਗੀ ਤਾਂ ਓਵਰਆਲ ਡਿਸਟੈਂਸ ਕਿੰਨਾ ਹੋਊਗਾ ਕੈਪੀਟਲ ਆਰ ਯਾਨੀ ਕਿ ਰੇਡੀਅਸ ਆਫ ਦਿਸ ਕਰਵ ਤਾਂ ਯਾਨੀ ਕਿ ਆਰ ਟੂ ਕਿਹਦੇ ਨਾਲ ਰਿਪਲੇਸ ਹੋ ਜੂਗਾ ਰੇਡੀਅਸ ਆਫ ਕਰਵ ਨਾਲ ਆਰ ਵਨ ਕਿਹਦੇ ਨਾਲ ਰਿਪਲੇਸ ਹੋ ਜੂਗਾ ਇਸ ਰੇਡੀਅਸ ਦੇ ਨਾਲ ਤਾਂ ਉਸ ਕੇਸ 'ਚ ਕੇ ਦੀ ਵੈਲਿਊ ਕੀ ਬਣ ਜਾਂਦੀ ਹੈ 2.303 ਕਿਊ log ਹੁਣ ਆਪਾਂ ਕੈਪੀਟਲ ਆਰ ਲਿਖ ਲੈਂਦੇ ਹਾਂ ਵੱਡੇ ਰੇਡੀਅਸ ਨੂੰ ਓਵਰ ਸਮਾਲ ਆਰ ਓਵਰ ਪਾਈ ਐਚ ਟੂ ਕੀ ਹੋਊਗਾ ਵਾਟਰ ਲੈਵਲ ਐਟ ਟੈਸਟ ਵੈਲ ਇਹਨੂੰ ਆਪਾਂ ਐਚ ਟੂ ਦੀ ਵੈਲਿਊ ਕੀ ਸੀਗੀ ਵਾਟਰ ਲੈਵਲ ਦੂਸਰੀ ਥਾਂ ਦੇ ਉੱਪਰ ਤਾਂ ਉੱਥੇ ਵਾਟਰ ਲੈਵਲ ਨੂੰ ਲਿਖ ਲੈਂਦੇ ਹਾਂ ਕੈਪੀਟਲ ਐਚ ਇਹ ਕੈਪੀਟਲ ਐਚ ਕੀ ਇੰਡੀਕੇਟ ਕਰ ਰਹੀ ਹੈ ਗਰਾਊਂਡ ਵਾਟਰ ਕਿੰਨਾ ਉੱਚਾ ਹੈ ਇੰਪਰਮੀਏਬਲ ਲੇਅਰ ਤੋਂ ਮਾਈਨਸ ਸਮਾਲ ਐਚ ਸਕੁਅਰ ਹੈ ਸੱਚ ਨੇ ਇੱਥੇ ਸਮਾਲ ਐਚ ਕੀ ਹੈਗੀ ਵਾਟਰ ਲੈਵਲ ਇਨ ਟੈਸਟ ਵੈਲ ਇੱਥੇ ਕੈਪੀਟਲ ਐਚ ਕੀ ਕਰ ਰਹੀ ਇੰਡੀਕੇਟ ਕਰ ਰਹੀ ਹੈ ਵਾਟਰ ਲੈਵਲ ਕਾਹਦਾ ਗਰਾਊਂਡ ਦਾ ਕਲੀਅਰ ਕੈਪੀਟਲ ਆਰ ਕੀ ਇੰਡੀਕੇਟ ਕਰ ਰਹੀ ਹੈ ਰੇਡੀਅਸ ਆਫ ਡਰਾ ਡਾਊਨ ਕਰਵ ਤੇ ਸਮਾਲ ਆਰ ਕੀ ਇੰਡੀਕੇਟ ਕਰ ਰਹੀ ਹੈ ਰੇਡੀਅਸ ਆਫ ਟੈਸਟ ਵੈਲ ਫਿਰ ਕੈਪੀਟਲ ਆਰ ਕੀ ਹੈ ਰੇਡੀਅਸ ਆਫ ਕਿਹਦਾ ਇਸ ਕਰਵ ਦਾ ਕਿਹੜੀ ਕਰਵ ਹੈ ਇਹ ਡਰਾ ਡਾਊਨ ਕਰਵ ਰੇਡੀਅਸ ਆਫ ਡਰਾ ਡਾਊਨ ਕਰਵ ਕਲੀਅਰ ਹੋਇਆ ਬਟ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਟੈਸਟ ਸਿਰਫ ਤੇ ਸਿਰਫ ਕਿਹਦੇ ਲਈ ਵੈਲਿਡ ਹੈ ਅਨਕਨਫਾਈਂਡ ਐਕਿਊਫਰ ਦੇ ਲਈ ਵੈਲਿਡ ਹੋਊਗਾ ਕਲੀਅਰ ਹੋਇਆ ਹੁਣ ਜੇਕਰ ਆਪਾਂ ਇਸੇ ਟੈਸਟ ਰਿਜ਼ਲਟਸ ਨੂੰ ਮੋਡੀਫਾਈ ਕਰਨਾ ਹੋਵੇ ਫੋਰ ਕਨਫਾਈਂਡ ਐਕਿਊਫਰ ਜੇ ਆਪਾਂ ਕਨਫਾਈਂਡ ਐਕਿਊਫਰ ਦੀ ਗੱਲ ਕਰੀਏ ਤਾਂ ਨੀਚੇ ਜਿਹੜਾ ਲੈਵਲ ਹੈ ਇਮਪਰਮੀਏਬਲ ਲੇਅਰ ਦਾ ਇੱਕ ਇਮਪਰਮੀਏਬਲ ਲੇਅਰ ਆਪਾਂ ਨੂੰ ਉੱਪਰ ਵੀ ਮਿਲੂਗੀ ਫਿਰ ਹੀ ਆਪਾਂ ਕਨਫਾਈਂਡ ਐਕਿਊਫਰ ਦਾ ਕੇਸ ਕਵਾਂਗੇ ਯਾਨੀ ਕਿ ਜਿਹੜੀ ਸੋਇਲ ਚੋਂ ਵਾਟਰ ਆਪਾਂ ਵਿਦਡਰਾਅ ਕਰ ਰਹੇ ਹਾਂ ਉਹ ਸੋਇਲ ਪੈਨੀਟ੍ਰੇਟ ਹੋਈ ਵੀ ਹੈ ਦੋ ਇੰਪਰਮੀਏਬਲ ਲੇਅਰਸ 'ਚ ਯਾਨੀ ਕਿ ਉਹਦੀ ਕੋਈ ਨਾ ਕੋਈ ਥਿਕਨੈਸ ਹੋਊਗੀ ਤਾਂ ਹੁਣ ਮੈਂ ਇਹਨਾਂ ਹੀ ਰਿਜ਼ਲਟਸ ਨੂੰ ਮੋਡੀਫਾਈ ਕਰ ਰਿਹਾ ਫੋਰ ਕਨਫਾਈਂਡ ਐਕਿਊਫਰ ਦੇਖੋ ਫੋਰ ਕਨਫਾਈਂਡ ਐਕਿਊਫਰ ਆਪਾਂ ਇਹਨਾਂ ਨੂੰ ਕਿਵੇਂ ਮੋਡੀਫਾਈ ਕਰ ਸਕਦੇ ਹਾਂ ਹੁਣ ਜੇ ਇਹੀ ਰਿਜ਼ਲਟਸ ਔਰ ਕਨਫਾਈਂਡ ਐਕਿਊਫਰ ਦੇਖਣੇ ਹੋਣ ਤਾਂ ਉਹ ਕਿਵੇਂ ਦੇਖੇ ਜਾਣਗੇ ਜੇ ਆਪਾਂ ਕਨਫਾਈਂਡ ਐਕਿਊਫਰ ਦੀ ਗੱਲ ਕਰਾਂਗੇ ਤਾਂ ਯਾਨੀ ਕਿ ਮੇਰੀ ਕਿਹੜੀ ਕਿਹੜੀ ਚੀਜ਼ ਚੇਂਜ ਹੋਊਗੀ ਇੱਕ ਤਾਂ ਕੋਈ ਨਾ ਕੋਈ ਥਿਕਨੈਸ ਆਫ ਐਕਿਊਫਰ ਆ ਜੂਗੀ ਲੈਟ ਕਰ ਲੈਂਦੇ ਆਪਣੀ ਟੀ ਕੀ ਹੈ ਥਿਕਨੈਸ ਆਫ ਐਕਿਊਫਰ ਹੈ ਥਿਕਨੈਸ ਆਫ ਕਾਹਦੀ ਕਨਫਾਈਂਡ ਐਕਿਊਫਰ ਤਾਂ ਉਹ ਥਿਕਨੈਸ ਦੇ ਆਉਣ ਨਾਲ ਕੁਛ ਕੁ ਰਿਜ਼ਲਟਸ ਚੇਂਜ ਹੋਣਗੇ ਟੈਸਟ ਕਰਨ ਦਾ ਪ੍ਰੋਸੀਜਰ ਐਗਜੈਕਟਲੀ ਸੇਮ ਰਹੂਗਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਊਗਾ ਤਾਂ ਹੁਣ ਇਹਦੇ ਨਾਲ ਰਿਲੇਸ਼ਨ ਕੀ ਚੇਂਜ ਹੋ ਜੂਗਾ ਦੇਖੋ K is equal to 2.303 Q log R2 upon R1 as such same ਉੱਪਰਲਾ ਤਾਂ ਨੀਚੇ ਕੀ ਚੇਂਜ ਹੋ ਜਾਂਦਾ ਹੈ ਜਿੱਥੇ ਪਾਈ ਐਚ ਟੂ ਸਕੁਅਰ ਮਾਈਨਸ ਐਚ ਵਨ ਸਕੁਅਰ ਸੀਗਾ ਉੱਥੇ ਕੀ ਆਊਗਾ 2 ਪਾਈ T ਜਿੱਥੇ T ਕੀ ਹੈ ਥਿਕਨੈਸ ਆਫ ਐਕਿਊਫਰ ਐਚ ਟੂ ਮਾਈਨਸ ਐਚ ਵਨ 2 ਪਾਈ T ਐਚ ਟੂ ਮਾਈਨਸ ਐਚ ਵਨ ਕਲੀਅਰ ਤਾਂ ਹੁਣ ਇਸ ਤੋਂ ਬਾਅਦ ਜੇ ਆਪਾਂ ਦੇਖੀਏ ਸਿਮੀਲਰਲੀ ਜੇ ਮੈਂ ਦੂਸਰੇ ਰਿਜ਼ਲਟ ਦੇ ਵਿੱਚ ਐਕਸਪਲੇਨ ਕਰਾਂ ਇਹਨੂੰ ਜਾਣੀ ਕਿ ਜੇ ਇੱਕੋ ਟੈਸਟ ਵੈਲ ਆਪਾਂ ਐਕਸਕੇਵੇਟ ਕੀਤਾ ਹੋਵੇ ਉਹਦੇ ਵਿੱਚ ਆਪਾਂ ਇਹਨੂੰ ਐਕਸਪਲੇਨ ਕਰੀਏ ਤਾਂ ਉਹਦੇ ਵਿੱਚ ਕੀ ਹੋਜੂਗਾ ਬਾਕੀ ਸਾਰਾ ਕੁਛ ਤਾਂ ਸੇਮ ਰਹਿੰਦਾ ਹੁੰਦਾ ਆਰ ਟੂ ਨੂੰ ਰਿਪਲੇਸ ਕਰ ਦਿੰਦੇ ਹੁੰਦੇ ਕੈਪੀਟਲ ਆਰ ਨਾਲ ਸਮਾਲ ਆਰ ਨਾਲ ਰਿਪਲੇਸ ਕਰ ਦਿੰਦੇ ਹੁੰਦੇ ਆਰ ਵਨ ਨੂੰ ਤੇ ਟੂ ਪਾਈ ਟੀ ਐਸ ਐਚ ਰਹਿਣਗੇ ਥਿਕਨੈਸ ਸੇਮ ਰਹੂਗੀ ਐਚ ਟੂ ਦੇ ਨਾਲ ਰਿਪਲੇਸ ਕੀਤਾ ਸੀ ਕੈਪੀਟਲ ਐਚ ਨੂੰ ਸਮਾਲ ਐਚ ਵਨ ਨਾਲ ਰਿਪਲੇਸ ਕੀਤਾ ਸੀਗਾ ਸਮਾਲ ਐਚ ਨੂੰ ਕਲੀਅਰ ਮੋਸਟਲੀ ਆਪਾਂ ਇਹ ਉੱਪਰਲਾ ਰਿਲੇਸ਼ਨ ਹੀ ਯੂਜ ਕਰਦੇ ਹਾਂ ਕਿਉਂਕਿ ਆਪਾਂ ਦੋ ਟੈਸਟ ਵੈਲ ਇੱਕ ਟੈਸਟ ਵੈਲ ਦੇ ਨਾਲ ਦੋ ਆਬਜ਼ਰਵੇਸ਼ਨ ਵੈਲਸ ਵੀ ਐਕਸਕੇਵੇਟ ਕਰਦੇ ਹਾਂ ਉਹਨਾਂ ਨੂੰ ਅਲੱਗ ਤੋਂ ਯੂਜ ਕਰਦੇ ਹਾਂ
अपने फील्ड टैसट है, फील्ड टैसट के आप कन्फाइंड एक्यूफर लिए अलग टैसट कैलकुलेट करते हैं, अलग टैसट कंडक्ट करवाने, जो अपना अनकनफाइंड एक्यूफर होंगे वो अलग तो टैसट कंडक्ट करवावे। क्लीयर? तो हम इस बाद जो आप अगले टॉपिक की गल करिए हम इन एक्यूफरस परमीएबिलिटी प्रडिक्ट कर ली भी अपनी परमीएबिलिटी कितनी होगी। अगे आप हम की देखना उस परमीएबिलिटी के बेसिस उपर आप कुछ इक्वेशनस यूज करते हैं जिन्हें इक्वेशनस नाल आप एम्पीरिकली परमीएबिलिटी प्रडिक्ट करते हैं। देखो कि इक्वेशनस यूज करते हैं। सब तो पहली जी इक्वेशन आप यूज करते हैं दैट इज कॉजनी कार्मन इक्वेशन। कॉजनी ते कार्मन ने आपां नूं इक्वेशन दित्ती सी, इहदे विच की कुछ यूज कर रहे हैं आप। 1 अपॉन सी ए कॉन्सटेंट होंदा, इक्वेशन कॉन्सटेंट। गामा वाटर यूनिट वेट ऑफ वाटर, म्यू इत्थे हुंदी है डायनैमिक विस्कोसिटी। डायनैमिक विस्कोसिटी बारे आप एक्सप्लेन च गल करांगे जदों आप एफ एम पढ़ांगे। डायनैमिक विस्कोसिटी एस इत्थे हुंदा सरफेस एरिया, इस एस नूं डिग्री ऑफ सैचुरेशन नाल कन्फ्यूज नहीं करना, मोस्टली बच्चे कर जाते हैं। एस इज सरफेस एरिया, ई इत्थे सेम अपनी वॉयड रेशो है। जे आप इत्थों ध्यान नाल देखिए तो आपां नूं की पता लग रहा है भी के डायरैक्टली प्रपोर्शनल है ई स्क्वेयर दे, क्योंकि ई क्यूब अपॉन ई है तो ई स्क्वेयर बचूगा। के डायरैक्टली प्रपोर्शनल है यूनिट वेट दे, के डायरैक्टली प्रपोर्शनल है इनवर्सली प्रपोर्शनल है स्क्वेयर ऑफ सरफेस एरिया दे। यानी कि जिन्ना सरफेस एरिया ज्यादा होगा उन्नी अपनी परमेबिलिटी की होगी कट होगी। क्लीयर? तो इस इक्वेशन के बेसिस के उपर जो आप अगले लैक्चर के फैक्टर्स डिस्कस करने ने परमेबिलिटी इफेक्ट करने वाले, वो भी सारे फैक्टर्स इन्हों के बेस के उपर ही आप प्रडिक्ट करांगे। क्लीयर? सैकेंड इक्वेशन की गल करते हैं दैट इज एलन हेजन इक्वेशन। एलन हेजन की कहें, एलन हेजन ने अपन डाया दे नाल रिलेशन दिता सी डी टेन द स्क्वेयर। डी टेन अपना की सीगा इफेक्टिव साइज सीगा, जहाँ डी टेन का मतलब की हुंदा सीगा दैट साइज ऑफ सॉयल, दैट दैट साइज ऑफ पार्टिकल जिस तो सिर्फ 10% पार्टिकल्स ही छोटे है जहाँ 90% पार्टिकल्स उन्हां तो वड्डे होंगे। तो के इज इक्वल टू सी डी टेन द स्क्वेयर, यदा की मतलब है भी के डायरैक्टली प्रपोर्शनल है इफेक्टिव साइज के स्क्वेयर के। जिन्ना सॉयल का इफेक्टिव साइज ज्यादा होगा उन्नी उसकी परमीएबिलिटी भी की होगी ज्यादा होगी। इन दो इक्वेशनस नूं आपां मोस्टली यूज करते हैं, इस तो बिना एक तीसरी इक्वेशन जिहड़ी यूज होंदी है लाउडनस इक्वेशन। इक्वेशन की कहती है लॉग के प्लस एस स्क्वेयर इज इक्वल टू ए प्लस बी इंटू एन। ए ते बी इत्थे कॉन्सटेंट होंगे ने, एन इत्थे अपनी पोरोसिटी है सेम, एस इत्थे सरफेस एरिया है, ते के इत्थे अपना की है कोफिशियंट ऑफ परमीएबिलिटी। इत्थे एक गल का ध्यान देना है एस जिहड़ा भी सरफेस एरिया आप यूज कर रहे हैं इत्थे या इत्थे इस स्पेसिफिक सरफेस एरिया यह सिंपल सरफेस एरिया नहीं है, यह स्पेसिफिक सरफेस एरिया। स्पेसिफिक सरफेस एरिया का मतलब की होता है सॉयल के जिन्ने पार्टिकल्स है कल्ले कल्ले पार्टिकल का टोटल सरफेस एरिया काट के एडअप करना। कल्ला सरफेस एरिया की होता है सारी सॉयल का आप एरिया ले लिया। स्पेसिफिक सरफेस एरिया की होगा जिन्ने भी सॉयल के पार्टिकल्स होंगे कल्ले कल्ले पार्टिकल नूं पिक करना, उसका सरफेस एरिया कैलकुलेट करना, तो उन्होंने सम अप कर देना, तो वह की मिलेगा अपन टोटल स्पेसिफिक सरफेस एरिया। क्लीयर? तो यह सीगिया अपन कुछ इक्वेशनस, यही ये नाल कुछ इक्वेशनस आप अगे जो चैप्टरस पढ़ा जिमें फॉर एग्जाम्पल कंसोलीडेशन हो गया ज अपनी बेरिंग कपैसिटी होगी, तो उन्होंने भी कुछ कुछ इक्वेशनस होर आनगियां जिहड़ियां कि परमीएबिलिटी नाल लिंक करनगियां। ये इन्ह इक्वेशनस के बेसिस के उपर अगले लैक्चर के आप देखा भी जेडे फैक्टर इफेक्ट कर रहे होंगे सॉयल परमीएबिलिटी उन्होंने आप किमें प्रडिक्ट करते हैं, उन्होंने कि वैल्यू का कि इफेक्ट पेगा। क्लीयर? तो इन्होंने सब तो ज़्यादा इंपॉर्टेंट है कॉजली कार्बन इक्वेशन, पेपर के बहुत ज़्यादा पूछी जाती है। तो तुम्हें जो टैसट तुम्हें सेंड किया गया से मे भी तुम्हें सॉल्व कर लिया होगा, जो तुम होर स्टडी मटीरियल चैक करना चाहो तो टैलीग्राम चैनल तो वट्सअप ग्रुप चो चैक कर सकते हो जिन्हें लिंक्स नीचे डिस्क्रिप्शन के गिवन ने।
जे कोई भी थोड़ा इस टॉपिक के डाउट आया होगा तो तुम कॉमेंट्स भी मैनशन कर सकते हो। जिन्हें स्टूडेंट्स ने सबसक्राइब नहीं किया जरूर सबसक्राइब कर लियो, तो नोटिफिकेशन ऑन रखियो फॉर द न्यू वीडियोज़। थैंक यू वेरी मच।